ਵੇਖੋ ਕਿਵੇਂ ਅੱਖਾਂ ਸਾਹਮਣੇ ਢਹਿ ਗਿਆ ਸਾਰਾ ਪਹਾੜ ਤਾਂ ਲੈਂਡਸਲਾਈਡ ਦੀਆਂ ਖੌਫਨਾਕ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਇਹ ਵੱਡਾ ਹਾਦਸਾ ਹੋਇਆ ਤਾਂ ਮੌਕੇ ਤੇ ਕਈ ਲੋਕ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਇਸਦੀ ਵੀਡੀਓ ਬਣਾਈ ਜਾਂਦੀ ਆ ਪਰ ਜਦੋਂ ਹੀ ਲੈਂਡਸਲਾਈਡ ਹੁੰਦੀ ਹੈ ਤਾਂ ਲੋਕਾਂ 'ਚ ਭਾਜੜਾ ਪੈ ਜਾਂਦੀਆਂ ਨੇ ਅਤੇ ਆਪਣੀ ਜਾਨ ਬਚਾ ਕੇ ਇਹ ਲੋਕ ਉੱਥੋਂ ਨਿਕਲ ਜਾਂਦੇ ਨੇ ਤਾਂ ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਇਹ ਵੱਡੀ ਤਬਾਹੀ ਹੋਈ ਹੈ ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਉੱਤਰਾਖੰਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਪਿਛਲੇ ਸਾਲ ਦੀ ਤਬਾਹੀ ਦੇ ਹਾਲੇ ਤੱਕ ਨਿਸ਼ਾਨ ਨਹੀਂ ਮਿਟੇ ਅਤੇ ਇਸ ਵਾਰ ਫਿਰ ਤੋਂ ਪਹਾੜਾਂ ਦੇ ਵਿੱਚ ਤਬਾਹੀ ਸ਼ੁਰੂ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਪਹਾੜਾਂ ਦੇ ਵਿੱਚ ਲੈਂਡਸਲਾਈਡ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਤਾਂ ਪਿਛਲੇ ਸਾਲ ਵੀ ਵੱਡੀ ਤਬਾਹੀ ਹੋਈ ਸੀ ਹਿਮਾਚਲ ਦੇ ਨਾਲ ਉੱਤਰਾਖੰਡ ਦੇ ਵਿੱਚ ਤਾਂ ਹੁਣ ਇੱਕ ਵਾਰ ਫਿਰ ਤੋਂ ਮੀਂਹ ਦੇ ਨਾਲ ਇੱਥੇ ਲੈਂਡਸਲਾਈਡ ਸ਼ੁਰੂ ਹੋ ਗਈ ਹੈ ਤਾਂ ਇਸ ਮਹੀਨੇ ਦੇ ਵਿੱਚ ਲੋਕ ਛੁੱਟੀਆਂ ਮਨਾਉਣ ਦੇ ਲਈ ਬਾਹਰ ਜਾਂਦੇ ਨੇ ਪਰ ਮੀਂਹ ਦੇ ਕਾਰਨ ਭਾਰੀ ਤਬਾਹੀ ਵੇਖਣ ਨੂੰ ਮਿਲਦੀ ਹੈ ਤਾਂ ਇਹ ਤਸਵੀਰਾਂ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਵੱਡੀ ਲੈਂਡਸਲਾਈਡ ਹੋਈ ਹੈ। ਵੇਖੋ ਕਿਵੇਂ ਅੱਖਾਂ ਸਾਹਮਣੇ ਢਹਿ ਗਿਆ ਸਾਰਾ ਪਹਾੜ ਤਾਂ ਲੈਂਡਸਲਾਈਡ ਦੀਆਂ ਖੌਫਨਾਕ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਇਹ ਵੱਡਾ ਹਾਦਸਾ ਹੋਇਆ ਤਾਂ ਮੌਕੇ ਤੇ ਕਈ ਲੋਕ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਇਸਦੀ ਵੀਡੀਓ ਬਣਾਈ ਜਾਂਦੀ ਆ ਪਰ ਜਦੋਂ ਹੀ ਲੈਂਡਸਲਾਈਡ ਹੁੰਦੀ ਹੈ ਤਾਂ ਲੋਕਾਂ 'ਚ ਭਾਜੜਾ ਪੈ ਜਾਂਦੀਆਂ ਨੇ ਅਤੇ ਆਪਣੀ ਜਾਨ ਬਚਾ ਕੇ ਇਹ ਲੋਕ ਉੱਥੋਂ ਨਿਕਲ ਜਾਂਦੇ ਨੇ ਤਾਂ ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਇਹ ਵੱਡੀ ਤਬਾਹੀ ਹੋਈ ਹੈ ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਉੱਤਰਾਖੰਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਪਿਛਲੇ ਸਾਲ ਦੀ ਤਬਾਹੀ ਦੇ ਹਾਲੇ ਤੱਕ ਨਿਸ਼ਾਨ ਨਹੀਂ ਮਿਟੇ ਅਤੇ ਇਸ ਵਾਰ ਫਿਰ ਤੋਂ ਪਹਾੜਾਂ ਦੇ ਵਿੱਚ ਤਬਾਹੀ ਸ਼ੁਰੂ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਪਹਾੜਾਂ ਦੇ ਵਿੱਚ ਲੈਂਡਸਲਾਈਡ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਤਾਂ ਪਿਛਲੇ ਸਾਲ ਵੀ ਵੱਡੀ ਤਬਾਹੀ ਹੋਈ ਸੀ ਹਿਮਾਚਲ ਦੇ ਨਾਲ ਉੱਤਰਾਖੰਡ ਦੇ ਵਿੱਚ ਤਾਂ ਹੁਣ ਇੱਕ ਵਾਰ ਫਿਰ ਤੋਂ ਮੀਂਹ ਦੇ ਨਾਲ ਇੱਥੇ ਲੈਂਡਸਲਾਈਡ ਸ਼ੁਰੂ ਹੋ ਗਈ ਹੈ ਤਾਂ ਇਸ ਮਹੀਨੇ ਦੇ ਵਿੱਚ ਲੋਕ ਛੁੱਟੀਆਂ ਮਨਾਉਣ ਦੇ ਲਈ ਬਾਹਰ ਜਾਂਦੇ ਨੇ ਪਰ ਮੀਂਹ ਦੇ ਕਾਰਨ ਭਾਰੀ ਤਬਾਹੀ ਵੇਖਣ ਨੂੰ ਮਿਲਦੀ ਹੈ ਤਾਂ ਇਹ ਤਸਵੀਰਾਂ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਵੱਡੀ ਲੈਂਡਸਲਾਈਡ ਹੋਈ ਹੈ।